ਕਰੀਆਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸਨਾ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਤੋਂ ਕੈਬਨਿਟ ਮੀਟਿੰਗ ਵਿੱਚ ਲਏ ਵੱਡੇ ਫੈਸਲੇ ਵੱਖ-ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼ੂਰੀ ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚ ਕਈ ਵੱਡੇ ਫੈਸਲੇ ਲੈਣ ਦੇ ਦੌਰਾਨ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਹੈ ਜ਼ਿਕਰਯੋਗ ਹੈ ਕਿ 1 ਐਮਐਲਏ 1 ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਮਿਲ ਗਈ ਇਸ ਦੇ ਨਾਲ ਹੀ ਕਰ ਕਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਮਨਜ਼ੂਰੀ ਮੁਕਤਸਰ ਜ਼ਿਲ੍ਹੇ ਤੋਂ ਨਰਮੇ ਦੀ ਫਸਲ ਖਰਾਬ ਹੋਣ ਤੇ 41.99 ਕਰੋੜ ਮੁਆਵਜ਼ੇ ਨੂੰ ਮਨਜ਼ੂਰੀ ਦਿੱਤੀ ਇਸ ਦੇ ਵੇਰਵੇ ਇਸ ਤਰ੍ਹਾਂ 38.8 ਕਰੋੜ ਕਿਸਾਨਾਂ ਲਈ 3.81 ਕਰੋੜ ਖੇਤ ਮਜ਼ਦੂਰਾਂ ਤੇ ਛੋਟੇ ਟਰਾਂਸਪੋਰਟਰਾਂ ਦੀ ਫੀਸ ਜਮ੍ਹਾਂ ਕਰਵਾਉਣ ਲਈ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਜਾਖੜ ਵਧਾਉਣਗੇ ਕਾਂਗਰਸ ਦੇ ਟੈਨਸ਼ਨ ਉਦੈਪੁਰ ਦਿੱਲੀ ਚੰਡੀਗੜ੍ਹ ਚੋਂ ਖੋਲਣਗੇ ਹਾਈ ਕਮਾਂਡ ਦੀ ਪੂਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੀ ਜ਼ੁਬਾਨੀ ਹਮਲਿਆ ਅਜਿਹਾ ਸਮੇ ਹੋਣਗੇ ਜਦੋਂ ਕਾਂਗਰਸ ਉਦੇਪੁਰ ਵਿੱਚ ਚਿੰਤਨ ਸ਼ਿਵਰ ਕਰ ਰਹੀ ਹੈ ਜਾਖੜ ਦੇ ਕਰੀਬੀ ਸੂਤਰਾਂ ਮੁਤਾਬਕ ਉਹ 13 ਤੋਂ 15 ਮਈ ਤੱਕ ਪ੍ਰੈਸ ਕਾਨਫਰੰਸ ਕਰਕੇ ਹਾਈ ਕਮਾਂਡ ਦੀ ਪੋਲ ਖੋਲ੍ਹ ਸਕਦੇ ਨੇ ਪਹਿਲੀ ਕਾਨਫਰੰਸ ਉਦੇਪੁਰ ਦੂਜੀ ਦਿੱਲੀ ਦੇ ਤੀਜੀ ਚੰਡੀਗੜ੍ਹ 'ਚ ਹੋਵੇਗੀ ਇਹਨਾਂ ਤਿੰਨ ਦਿਨਾਂ 'ਚ ਉਹ ਕਾਂਗਰਸ ਦਾ ਚਿੰਤਨ ਸ਼ਿਵਰ ਵੀ ਚੱਲੇਗਾ ਜਾਖੜ ਨੇ ਗੱਲ ਕਰਨ ਦੀ ਬਜਾਏ ਨੋਟਿਸ ਦੇ ਕਾਰਨ ਦੁਕੀ ਨੇ ਤੇ ਮੁਅਤਲ ਹੋ ਚੁੱਕੀ ਐ ਸਿਫਾਰਿਸ਼ ਜਾਖੜ ਨੂੰ ਸਿੱਧੂ ਲਈ ਹਟਾਇਆ ਹਿੰਦੂ ਹੋਣ ਕਰਕੇ ਨਹੀਂ ਬਣਾਇਆ ਸੀਐਮ ਸਪਰੀਮ ਕੋਰਟ ਕਿਸੇ ਵੀ ਵਿਅਕਤੀ ਨੂੰ ਟੀਕਾ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਪਰ ਸਰਕਾਰੀ ਦੀ ਮੌਜੂਦਾ ਵੈਕਸੀਨ ਨੀਤੀ ਗੈਰਵਾਜਬ ਨਹੀਂ ਸੋ ਦੇਸ਼ ਦੇ ਵਿੱਚ ਕਰੋਨਾ ਦਾ ਘੈਰਾਜ ਚੱਲ ਰਹੀ ਇਸ ਤੋਂ ਵਜਨ ਲਈ ਜਿੱਥੇ ਟੀਕਾ ਕਰਨ ਮਹਿੰਮ ਚੱਲ ਰਹੀ ਇਸ ਦੌਰਾਨ ਟੀਕਾ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਇੱਕ ਪਟੀਸ਼ਨ ਜਿਸ ਪਟੀਸ਼ਨ ਕਰਤਾ ਨੇ ਟੀਕਿਆਂ ਦੇ ਪ੍ਰਭਾਵਸ਼ੀਲਤਾ ਬਾਰੇ ਲੋੜੀਂਦੇ ਅੰਕੜੇ ਉਪਲਬਧ ਨਾ ਹੋਣ ਤੇ ਚਿੰਤਾ ਜ਼ਾਹਰ ਕੀਤੀ ਅਦਾਲਤ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਟੀਕਾ ਲਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਆਪਣੇ ਫੈਸਲੇ ਚੁਕਿਆ ਸਰਕਾਰ ਜਨਤਾ ਦੇ ਫਾਇਦੇ ਲਈ ਨੀਤੀ ਬਣਾ ਸਕਦੀ ਹੈ ਕੁਝ ਸ਼ਰਤਾਂ ਲਾ ਸਕਦੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਆਰਟੀਕਲ 21 ਦੇ ਤਹਿਤ ਸਰੀਰਕ ਅਖੰਡਤਾ ਜੀਵਨ ਦੇ ਮੌਲਿਕ ਅਧਿਕਾਰ ਦਾ ਹਿੱਸਾ ਹੈ ਕਿਸੇ ਵੀ ਵਿਅਕਤੀ ਨੂੰ ਇਸ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਨਾਲ ਹੀ ਸੁਪਰੀਮ ਕੋਰਟ ਨੇ ਸਾਰੇ ਨਿੱਜੀ ਆਧਾਰਿਆਂ ਸਮੇਤ ਸਾਰੀਆਂ ਅਥਾਰਟੀਆਂ ਤੇ ਵਿਦਿੱਕ ਸੰਸਥਾਵਾਂ ਨੂੰ ਬਿਨਾ ਟੀਕਾ ਕਰਨਾ ਦੇ ਆਦੇਸ਼ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ ਪੰਜਾਬ ਦੇ ਲੋਕ ਖੁਦ ਬਣਾਉਣਗੇ ਆਪਣਾ ਬਜਟ ਖਜ਼ਾਨਾ ਮੰਤਰੀ ਨੇ ਕੀਤਾ ਪੋਰਟਲ ਲਾਂਚ ਜਾਨ ਕੋਦੋਂ ਤੱਕ ਦੇ ਸਕੋਗੇ ਵਿਚਾਰ ਪੰਜਾਬ ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਵੱਡੀ ਪਹਿਲ ਕੀਤੀ 3 ਵਜੇ ਇੱਕ ਅਹਿਮ ਪੋਰਟਲ ਲਾਂਚ ਕੀਤਾ ਜਿਥੇ ਪੰਜਾਬ ਦੀ ਜਨਤਾ ਬਜਟ ਬਣਾਉਣ ਦੇ ਲਈ ਆਪਣੀ رائے ਪੇਸ਼ ਕਰੇਗੀ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਆਮ ਆਦਮੀ ਦੀ ਸਰਕਾਰ ਜਿਸ ਦੇ ਵੱਲੋਂ ਬਜਟ ਖੁਦ ਵੀ ਬਣਾਉਣਗੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲਈ ਆਪਣੀ رائے ਦੇ ਸਕਣਗੇ ਵਿੱਤ ਮੰਤਰੀ ਨੇ ਕਿਹਾ ਕਿ ਇਤਿਹਾਸ ਸੁ ਪਹਿਲੀ ਵਾਰ ਹੈ ਹੋਇਆ ਹੈ ਕਿ ਸਰਕਾਰ ਲੋਕਾਂ ਦੀ رائے ਪੁੱਛਣਾ ਚਾਹੁੰਦੀ ਹੈ ਇਹ ਬਜਟ ਜਨਤਾ ਦਾ ਬਜਟ ਪੇਸ਼ ਕੀਤਾ ਜਾਵੇਗਾ ਪੰਜਾਬ ਵੀਕਲੀ ਵੈਦਰ ਫੋਰਕਾਸਟ ਪੰਜਾਬ ਦੇ ਵਿੱਚ ਬੜੂ ਬਦਲਿਆ ਮੌਸਮ ਕਈ ਦਿਨ ਛਾਇ ਰਹਿਣਗੇ ਬੱਦਲ ਹਫਤੇ ਜੋ ਕਦੋਂ ਹੋ ਸਕਦੀ ਆ بارش ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਆ ਭਾਰਤੀ ਮੌਸਮ ਵਿਭਾਗ ਨੇ ਇਸ ਹਫਤੇ ਤੇ ਜ਼ਿਆਦਾਤਰ ਦਿਨਾਂ 'ਚ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਕਈ ਦਿਨਾਂ ਤੱਕ ਹਲਕੀ بارش ਵੀ ਹੋ ਸਕਦੀ ਆ 30 ਤੋਂ 4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੇ ਇਸ ਕਾਰਨ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਹੈ। ਆ ਜਾਵੇਗਾ ਜੇਹੀ ਸਥਿਤੀ ਵਿੱਚ ਤੁਹਾਨੂੰ ਭਿਆਨਕ ਲੂ ਤੇ ਗਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਹਫ਼ਤੇ ਦੇ ਆਖਰ 'ਚ ਇੱਕ ਵਾਰ ਮੌਸਮ ਫਿਰ ਸਾਫ਼ ਹੋਣ ਦੇ ਨਾਲ ਤਾਪਮਾਨ ਵਧੇਗਾ। ਸੁਪਰੀਮ ਕੋਰਟ ਨੇ ਕੇਂਦਰ ਨੂੰ ਹੁਕਮ ਰਾਜੂਆਂ ਦੀ ਰਹਿਮ ਅਪੀਲ ਤੇ 2 ਮਹੀਨਿਆਂ 'ਚ ਲਵੋ ਫੈਸਲਾ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਲਵੰਤ ਸਿੰਘ ਕਤਲ ਕੇਸ ਦੇ ਵਿੱਚ ਸਜ਼ਾ ਜਾਪਤਾ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਮਾਫੀ ਦੀ ਪਟੀਸ਼ਨ ਤੇ 2 ਮਹੀਨੇ ਵਿੱਚ ਫੈਸਲਾ ਲੈਣ ਲਈ ਕਿਹਾ ਬਲਵੰਤ ਸਿੰਘ ਰਾਜਵਾਨਾ ਨੂੰ ਸਾਲ 2007 ਚ ਵਿਸ਼ੇਸ਼ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ 26 ਸਾਲ ਤੋਂ ਜੇਲ੍ਹ ਵਿੱਚ ਹੈ ਉਸ ਦੀ ਰਹਿਮ ਦੀ ਪਟੀਸ਼ਨ 9 ਸਾਲਾਂ ਤੋਂ ਕੇਂਦਰ ਸਰਕਾਰ ਦੇ ਕੋਲੇ ਪੈਂਡਿੰਗ ਪਈ ਹੈ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਰਾਜਵਾਨਾ ਦੀ ਮਾਫੀ ਦਾ ਫੈਸਲਾ ਦੇਣ ਦੇ ਲਈ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਸੀ ਰਾਜਵਾਨਾ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਉਸ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਵੇ ਕਿਉਂਕਿ ਉਸ ਨੇ ਲੰਬਾ ਸਮਾਂ ਲਗਭਗ 26 ਸਾਲ ਜੇਲ੍ਹ ਦੇ ਵਿੱਚ ਗੁਜ਼ਾਰ ਲਿਆ ਜਸਟਿਸ ਉਦੇ ਉਮੇਸ਼ ਲਲਤਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਹੈ ਕਿ ਕੇਸ ਦੇ ਦੂਜੇ ਸਹਿ ਦੋਸ਼ੀਆਂ ਦੀਆਂ ਅਪੀਲਾਂ ਤੇ ਸੁਪਰੀਮ ਕੋਰਟ ਵਿੱਚ ਲੰਬਿਤ ਹੋਣਾ ਰਾਜਵਾਨਾਂ ਦੀ ਪਟੀਸ਼ਨ ਦਾ ਫੈਸਲਾ ਕਰਨ ਦੇ ਵਿੱਚ ਅਧਿਕਾਰੀਆਂ ਦੇ ਰਾਹ ਵਿੱਚ ਨਹੀਂ ਆਵੇਗਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਕਿਹਾ ਵਿਅਦਬੀ ਮਾਮਲੇ 'ਚ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਏਗੀ ਵੱਡੀ ਪੇਸ਼ੀ ਸੋ ਵੱਡੀ ਖਬਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਧਵੀ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਸਿਰਸਾ ਡੇਰਾ ਮੁਖੀ ਰਾਮ ਰਹੀਮ ਦੇ ਹੱਕ ਚ ਫੈਸਲਾ ਸੁਣਾਇਆ ਇਸ ਦੇ ਨਾਲ ਹੀ ਫੈਸਲੇ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਹਾਈ ਕੋਰਟ ਨੇ ਡੇਰਾ ਮੁਖੀ ਦੀ ਪਟੀਸ਼ਨ ਦੇ ਸੁਣਵਾਈ ਕਰਦਿਆਂ ਸਪਸ਼ਟ ਕੀਤਾ ਕਿ ਵਿਧਵੀ ਨਾਲ ਸੰਬੰਧਤ ਤਿੰਨੋਂ ਮਾਮਲਿਆਂ ਦੀ ਜਾਂਚ ਤੇ ਸੁਣਵਾਈ ਦੌਰਾਨ ਰਾਮ ਰਹੀਮ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਜਾਵੇਗਾ ਜ ਜਿਹੇ ਵਿੱਚ ਹੁਣ ਪੰਜਾਬ ਪੁਲਿਸ ਦੀ ਸੇਟ ਡੇਰੇ ਨੂੰ ਤੇ ਡੇਰਾ ਮੁਖੀ ਨੂੰ ਪੁੱਛ ਗਿਸ ਦੇ ਲਈ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਨਹੀਂ ਲਿਆ ਸਕੇਗੀ ਹਾਲਾਂਕਿ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਅਜੇ ਜਾਰੀ ਹੋਣੀ ਬਾਕੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ ਨੇ ਇਹ ਹੁਕਮ ਪੰਜਾਬ ਸਰਕਾਰ ਤੇ ਜਵਾਬ ਦੋਵਾਂ ਤਰ੍ਹਾਂ ਦੀਆਂ ਦਲੀਲਾਂ ਤੋਂ ਬਾਅਦ ਦਿੱਤਾ ਹੈ ਮਾਮਲੇ 'ਚ ਡੇਰਾ ਮੁਖੀ ਦੀ ਤਰਫੋਂ ਵਕੀਲ ਕਨਕਾਹੂ ਜਾਣੇ ਦਲੀਲਾਂ ਪੇਸ਼ ਕੀਤੀਆਂ ਨੇ ਜਰਮਨੀ ਪਹੁੰਚੇ ਪੀਐਮ ਨਰਿੰਦਰ ਮੋਦੀ ਬੱਚੇ ਦੇ ਗੀਤ ਤੇ ਮਲਾਇਆ ਤਾਲ ਕਿਹਾ ਵਾ ਵਾ ਬਹੁਤ ਵਧੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨ ਯੂਰਪ ਦੌਰੇ ਤੇ ਗਏ ਹੁਣ ਬੁੱਤਸ ਵੀਰੇ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ ਹਨ ਉੱਥੇ ਮੋਦੀ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ਇਸ ਤੋਂ ਇਲਾਵਾ ਉਹ ਜਰਮਨੀ ਦੇ ਚਾਂਸਲਰ ਦੇ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਨੇ ਬਰਲਿਨ ਵਿੱਚ ਭਾਰਤੀ ਪਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਪ੍ਰਵਾਸੀ ਭਾਰਤੀ ਪ੍ਰਵਾਸੀਆਂ ਨੂੰ ਮਿਲਣ ਦਾ ਪ੍ਰੋਗਰਾਮ ਹੋਟਲ ਐਡਲਾਨ ਕੈਂਪਿੰਸਕੀ ਵਿੱਚ ਰੱਖਿਆ ਗਿਆ ਹੋਟਲ ਨੂੰ ਕਈ ਤਰ੍ਹਾਂ ਭਾਰਤੀ ਪ੍ਰਧਾਨ ਮੰਤਰੀ ਦਾ ਭਾਰਤੀ ਪ੍ਰਧਾਨ ਮੰਤਰੀ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਪੁੱਜਨ ਤੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਜਰਮਨੀ ਵਿੱਚ ਰਹਿੰਦੇ ਭਾਰਤੀ ਪਾਈਚਾਰੇ ਦੇ ਲੋਕਾਂ ਨੇ ਜਦੋਂ ਪ੍ਰਧਾਨ ਮੰਤਰੀ ਨੂੰ ਦੇਖਿਆ ਤਾਂ ਉਹਨਾਂ ਨੇ ਬੰਦੇ ਮਾਤਰਮ ਭਾਰਤ ਮਾਤਾ ਦੀ ਜੈ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਜੋ ਹੋਰ ਪਾਰਟੀਆਂ 50 ਸਾਲਾਂ ਵਿੱਚ ਨਹੀਂ ਕਰ ਸਕੀਆਂ ਆਮ ਆਦਮੀ ਪਾਰਟੀ ਸਰਕਾਰ ਨੇ 40 ਦਿਨਾਂ ਦਿਨਾਂ ਦੇ ਵਿੱਚ ਕਰ ਦਿੱਤਾ ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਦੇਸ਼ਕ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰ ਚੜੇ ਕਰਜ਼ੇ ਦੀ ਜਾਂਚ ਦੇ ਹੁਕਮ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਹੀ ਸਰਕਾਰ ਨੇ 40 ਦਿਨਾਂ ਵਿੱਚ 7000 ਕਰੋੜ ਦੇ ਕਰਜ਼ੇ ਦੀ ਜਾਂਚ ਦੇ ਹੁਕਮ ਦੇਣ ਉਹਨਾਂ ਨੇ ਕਿਹਾ ਜੋ ਹੋਰ ਸਟਾਰਟੀਆਂ 50 ਸਾਲਾਂ ਵਿੱਚ ਨਹੀਂ ਕਰ ਸਕੀਆਂ ਉਹ ਆਪ ਦੀ ਸਰਕਾਰ ਨੇ 40 ਸਾਲਾਂ ਦੇ ਵਿੱਚ ਕਰ ਦਿੱਤਾ ਹੈ ਰੋਜ਼ਾਨਾ 175 ਕਰੋੜ ਰੁਪਏ ਦੇ 40 ਦਿਨਾਂ ਦੇ ਵਿੱਚ 7000 ਕਰੋੜ ਰੁਪਏ ਲਏ ਹਨ ਜੇਕਰ ਸਰਕਾਰ 5 ਸਾਲ ਇਸੇ ਤਰ੍ਹਾਂ ਸੱਤਾ ਦੇ ਵਿੱਚ ਰਹਿੰਦੀ ਆ ਤਾਂ ਸੂਬੇ ਦੇ 3.2 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਪੈ ਜਾਵੇਗਾ ਪੰਜਾਬ ਸਰਕਾਰ ਨੇ ਕਈ ਵੱਡੇ ਫੈਸਲਿਆਂ ਤੇ ਲਾਈ ਮੋਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਹੋਈ ਪੰਜਾਬ ਜ਼ਾਰਾਤ ਦੀ ਮੀਟਿੰਗ ਦੇ ਵਿੱਚ ਵਿੱਤੀ ਮਾਮਲੇ ਬਾਰੇ ਕਈ ਅਹਿਮ ਫੈਸਲੇ ਲਏ ਨੇ ਪਹਿਲਾ ਨਰਮੇ ਦੇ ਨੁਕਸਾਨ ਦੇ ਲਈ 41 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਦੂਜਾ ਟਰਾਂਸਪੋਰਟਰਾਂ ਨੂੰ ਰਾਹਤ ਦਿੱਤੀ ਜੁਰਮਾਨਾ ਮਾਫੀ ਨੂੰ ਮਨਜ਼ੂਰੀ ਦਿੱਤੀ ਇਸ ਦੇ ਨਾਲ ਹੀ ਟਰਾਂਸਪੋਰਟਰਾਂ ਨੂੰ ਰਾਹਤ ਮਿਲ ਗਈ ਆ ਵਕ ਵਕ ਪਾ ਗਾਂਦੀਆਂ ਸ਼ਬੀ 1454 ਸਾਮੀਆਂ ਨੂੰ ਮਨਜ਼ੂਰੀ ਇੱਕ ਵਿਧਾਇਕ ਇੱਕ ਪੈਨਸ਼ਨ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਕਰਕਰ ਰਾਸ਼ਨ ਪੰਚਾਇਤਾਂ ਦੀ ਸਕੀਮ ਨੂੰ ਮਨਜ਼ੂਰੀ ਮੁਕਤ ਸਰ ਜ਼ਿਲ੍ਹੇ ਚ ਨਰਮੇ ਦੀ ਫਸਲ ਖਰਾਬ ਹੋਣ ਤੇ 41.99 ਕਰੋੜ ਮੁਆਵਜ਼ੇ ਨੂੰ ਮਨਜ਼ੂਰੀ 38.8 ਕਰੋੜ ਰੁਪਏ ਕਿਸਾਨਾਂ ਲਈ 0.381 ਕਰੋੜ ਰੁਪਏ ਖੇਤ ਮਜ਼ਦੂਰਾਂ ਦੇ ਲਈ ਛੋਟੇ ਟਰਾਂਸਪੋਰਟਰਾਂ ਲਈ ਫੀਸ ਜਮ੍ਹਾਂ ਕਰਵਾਉਣ ਲਈ 3 ਮਹੀਨੇ ਦਾ ਸਮਾਂ ਵਿਧਾਇਆ ਕਿਸ਼ਤਾਂ ਦੀ ਜਮ੍ਹਾਂ ਕਿਸ਼ਤਾਂ ਦੇ ਵਿੱਚ ਜਮ੍ਹਾਂ ਹੋ ਸਕੇਗੀ ਫੀਸ ਤੋਂ ਕੈਬਨਟ ਨੇ ਕਰ ਕਰ ਕਣਕ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੋੜਵਦਾਇਕ ਦੀ ਪੈਨਸ਼ਨ 25000 ਵੱਧ ਜਾਂਦੀ ਸੀ ਇਸ ਸਮੇਂ ਸੂਬੇ ਦੇ ਵਿੱਚ ਅਜਿਹੇ ਵਿਧਾਇਕ ਹਨ ਜਿਹੜੇ ਕਿ 3 ਲੱਖ ਪੈਨਸ਼ਨ ਲੈਂਦੇ ਹਨ ਪਰ ਹੁਣ ਉਹਨਾਂ ਦੀ ਇੱਕ ਪੈਨਸ਼ਨ ਹੀ ਮਿਲੇਗੀ। ਕੁਮਾਰ ਵਿਸ਼ਵਾਸ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਹੋਈ ਮਿਹਰਬਾਨ ਗ੍ਰਿਫਤਾਰੀ ਤੇ ਲਈ ਰੋਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਮੁਖੀ ਕਰਵੰਦ ਕਜਰੀਵਾਲ ਤੇ ਕੱਥ ਤੇ ਟਿੱਪਣੀ ਕਰਨ ਦੇ ਦੋਚ ਚ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਵੱਲੋਂ ਕੁਮਾਰ ਵਿਸ਼ਵਾਸ ਦੀ ਗ੍ਰਿਫਤਾਰੀ ਤਿਰੋਕ ਲਾ ਦਿੱਤੀ ਗਈ ਹੈ ਹੁਣ ਕੁਮਾਰ ਵਿਸ਼ਵਾਸ ਨੂੰ ਇਸ ਕੇਸ ਨੂੰ ਖਾਰਜ ਕਰਨ ਦੀ ਮੰਗ ਤੇ ਪਟੀਸ਼ਨ ਦੇ ਸੁਣਵਾਈ ਕੀਤੀ ਜਾਵੇਗੀ ਇਸ ਮਾਮਲੇ ਵਿੱਚ ਪੂਰਾ ਹੁਕਮ ਆਉਣਾ ਫਿਲਹਾਲ ਬਾਕੀ ਹੈ ਹਾਈ ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ 5 ਦਿਨ ਪਹਿਲਾਂ ਕੁਮਾਰ ਅਤੇ ਪੰਜਾਬ ਸਰਕਾਰ ਦੇ ਵਕੀਲਾਂ ਦੇ ਵਿੱਚ ਇੱਕ ਕੰਟਾ ਹੋਈ ਬਹਿਸ ਤੋਂ ਬਾਅਦ ਫੈਸਲਾ ਸੁਰੱਖਿਆਤ ਰੱਖ ਲਿਆ ਗਿਆ ਸੀ ਕਿਸਾਨ ਜਥੇਬੰਦੀਆਂ ਦਾ ਭਗਵੰਤ ਮਾਨ ਸਰਕਾਰ ਨੂੰ ਅਲਟੀਮੇਟਮ 17 ਮਈ ਤੋਂ ਪਹਿਲਾਂ ਕਣਕ ਦੇ ਬੌਨਸ ਦਾ ਐਲਾਨ ਕੇ ਤੋਨੀ ਤਾਂ ਚੰਡੀਗੜ੍ਹ ਤੇ ਹੋਏਗੀ ਚੜਾਈ ਪੰਜਾਬ ਦੇ ਕਿਸਾਨਾਂ ਨੇ ਕਣਕ ਤੇ ਬੋਨਸ ਦੇਣ ਦੇ ਲਈ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ 17 ਮਈ ਤੋਂ ਪਹਿਲਾਂ ਬੋਨਸ ਨਾ ਦੇਣ ਦਾ ਐਲਾਨ ਕੀਤਾ ਤਾਂ ਸਰਕਾਰ ਉੱਤਰ ਸਰਕਾਰ ਸੜਕਾਂ ਤੇ ਉਤਰ ਆਉਣਗੇ ਤੇ ਇਸ ਦਾ ਵਿਰੋਧ ਕਿਸਾਨ ਚੰਡੀਗੜ੍ਹ ਚੁੱਕਰਾਓ ਕਰਨਗੇ ਲਖੀਮਪੁਰ ਹਿੰਸਾ ਮਾਮਲੇ ਦੇ ਵਿੱਚ ਕਿਸਾਨਾਂ ਨੂੰ 4 ਮਈ ਨੂੰ ਯੂਪੀ ਜਾਣ ਦਾ ਐਲਾਨ ਕੀਤਾ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲਖੋਵਾਲ ਨੇ ਦੱਸਿਆ ਕਿ 4 ਮਈ ਨੂੰ ਪੰਜਾਬ ਤੋਂ ਲਖੀਮਪੁਰ ਵੱਲ ਵੱਡਾ ਕਾਫਲਾ ਰਵਾਨਾ ਹੋਵੇਗਾ ਲੁਧਿਆਣਾ ਦੇ ਵਿੱਚ ਵੱਡੀ ਵਾਰਦਾਤ ਆਰੀ ਦੇ ਨਾਲ ਨੌਜਵਾਨ ਦਾ ਗਲਾ ਵੱਢਿਆ ਫਿਰ ਟੋਟੇ-ਟੋਟੇ ਕਰਕੇ ਗੰਦੇ ਨਾਲੇ ਵਿੱਚ ਸੁੱਟੀ লাশ ਜਲਾਲਾਬਾਦ ਤੋਂ ਲੁਧਿਆਣਾ ਖਰੀਦਾਰ ਕਰਨ ਆਇਆ ਨੌਜਵਾਨ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਉਸ ਦੀ লাশ ਟੋਟੇ-ਟੋਟੇ ਕਰਕੇ ਗੰਦੇ ਨਾਲੇ ਵਿੱਚ ਸੁੱਟ ਦਿੱਤੀ ਅਮਰਿਤਕ ਦੇ ਪਰਿਵਾਰਾਂ ਦੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਦੋਚੀ ਥਾਣਾ ਟਿੱਬਾ 'ਚ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਖੁਦ ਫਰਾਰ ਹੋ ਗਿਆ 13 ਦਿਨਾਂ ਬਾਅਦ ਮ੍ਰਿਤਕ ਦੇ ਭਰਾ ਨੇ ਮੁਲਜ਼ਮ ਨੌਜਵਾਨ ਨੂੰ ਪਾਣੀ ਪਤ ਤੋਂ ਫੜ ਲਿਆ ਤੇ ਉੱਤੇ ਸ਼ਿਸ਼ਤ ਪਰੇਡ ਕੀਤੀ ਤਾਂ ਉਸਨੇ ਖਲਾਸਾ ਕੀਤਾ ਕਿ ਉਸਦੇ ਪ੍ਰਾਣ ਨੂੰ ਮਾਰ ਕੇ ਲਾਸ਼ ਤੇ ਟੋਟੇ-ਟੋਟੇ ਕਰਕੇ ਗੰਦੇ ਨਾਲੇ ਵਿੱਚ ਸੁੱਟ ਦਿੱਤੀ ਆ ਹੁਣ ਉਕਤ ਮੁਲਜ਼ਮ ਨੂੰ ਲੁਧਿਆਣਾ ਪੁਲਿਸ ਵੱਲੋਂ ਕੀਤਾ ਗਿਆ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ਤੇ ਗੰਦੇ ਨਾਲੇ ਵਿੱਚੋਂ ਲਾਸ਼ ਲੱਭ ਲਈ ਆ ਹਾਲਾਂਕਿ ਮੁਲਜ਼ਮ ਵਾਰ-ਵਾਰ ਪੁਲਿਸ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਹੈ ਪਟਿਆਲਾ ਹਿੰਸਾ ਮੁੱਖ ਮੁਲਜ਼ਮ ਦੱਸੇ ਜਾ ਰਹੇ ਪਰਵਾਨਾ ਬਾਰੇ ਪਰਿਵਾਰ ਤੇ ਆਲੇ ਦੁਆਲੇ ਦੇ ਲੋਕਾਂ ਨੇ ਕੀ ਦੱਸਿਆ ਰਜਿੰਦਰ ਸਿੰਘ ਪ੍ਰਵਾਨਾ ਸਮੇਤ ਪੰਜਾਬ ਪੁਲਿਸ ਵੱਲੋਂ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਪਬੰਦੀ ਸ਼ੁਦਾ ਸੰਸਥਾ ਸਿੱਖ ਫੋਰ ਜਸਟਿਸ ਵੱਲੋਂ ਕੁਝ ਦਿਨ ਪਹਿਲਾਂ ਡੀਸੀ ਦਫ਼ਤਰਾਂ ਦੇ ਖਾਲਸਤਾਨੀ ਪੱਖੀ ਚੰਡਿਆਲ ਹਰਾਉਂ ਦੀ ਅਪੀਲ ਕੀਤੀ ਗਈ ਸੀ ਪਟਿਆਲਾ ਚ ਸ਼ਿਵਸੈਨਾ ਵੱਲੋਂ ਇਸ ਅਪੀਲ ਦੇ ਵਿਰੋਧ ਚ ਸ਼ੁੱਕਰਵਾਰ ਨੂੰ ਮਾਰਤ ਦਾ ਅਸੱਦਾ ਦਿੱਤਾ ਗਿਆ ਸੀ ਇਸੇ ਮਾਰਚ ਦੇ ਵਿਰੋਧ ਵਿੱਚ ਕਈ ਸਿੱਖ ਸੰਗਠਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕਰਦੇ ਸੜਕਾਂ ਤੇ ਉਤਰ ਆਏ ਇਹ ਮਾਰਚ ਪਟਿਆਲਾ ਦੇ ਫੁਹਾਰਾ ਚੰਗ ਤੋਂ ਸ਼ੁਰੂ ਹੋਇਆ ਤੇ ਕਾਲੀ ਮਾਤਾ ਮੰਦਰ ਤੱਕ ਪਹੁੰਚਿਆ ਜਿੱਥੇ ਟਕਰਾ ਹੋਇਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦੇਸ਼ ਨੂੰ ਮਿਲਿਆ ਬਿਨਾਂ ਜਾਤ ਅਤੇ ਧਰਮ ਦਾ ਪਹਿਲਾ ਨਾਗਰਿਕ 9 ਸਾਲਾਂ ਦੀ ਬੱਚੀ ਦੀ ਜਦੋਜਦ ਦੀ ਸਟੋਰੀ ਸੋਸ਼ਲ ਮੀਡੀਆ ਤੇ ਨੇ ਦਿਨਾ ਇੱਕ ਬਿਨਾਂ ਜਾਤ ਅਤੇ ਧਰਮ ਤੋਂ ਮਹਿਲਾ ਦੀ ਸਟੋਰੀ ਬਹੁਤ ਵਾਇਰਲ ਹੋ ਰਹੀ ਹੈ ਜੀ ਜਾਤ ਅਤੇ ਧਰਮ ਦਾ ਸਰਟੀਫਿਕੇਟ ਲੈਣ ਵਾਲੀ ਇਸ ਦੇਸ਼ ਦੀ ਬਿਨਾਂ ਜਾਤ ਅਤੇ ਧਰਮ ਦਾ ਸਰਟੀਫਿਕੇਟ ਲੈਣ ਵਾਲੀ ਇਸ ਦੇਸ਼ ਦੀ ਪਹਿਲੀ ਨਾਗਰਿਕ ਬਾਰੇ ਲੋਕਾਂ ਨੇ ਵੱਖ-ਵੱਖ ਟਿੱਪਣੀਆਂ ਕੀਤੀਆਂ ਸਰਟੀਫਿਕੇਟ ਲੈਣ ਲਈ ਤਾਮਿਲਨਾਡੂ ਮਹਿਲਾ ਨੂੰ ਵਕੀਲ ਨੂੰ 9 ਸਾਲਾਂ ਲਈ ਜਦੋਜਦ ਕਰਨੀ ਪਈ ਤਾਮਿਲਨਾਡੂ ਦੇ ਬਲੋਰ ਚ ਰਹਿਣ ਵਾਲੀ ਸੁਨੇਹਾ 파ਰ 3 ਬਾਜ ਸੰਪਰਕ ਚ ਉਹ ਅਜਿਹੇ ਸਰਟੀਫਿਕੇਟ ਪ੍ਰਾਪਤ ਕੀਤਾ ਜੋ ਅੱਜ ਤੱਕ 파ਰਤ ਚ ਕਿਸੇ ਵੀ ਨਾਗਰਿਕ ਕੋਲੇ ਮੌਜੂਦ ਨਹੀਂ ਆ 5 ਫਰਵਰੀ ਨੂੰ ਤੇਰੂਵੰਤਮਪੁਰਮ ਦੇ ਤਹਿਸੀਲਦਾਰ ਟੀਐਸ ਸਤਿਆਮੂਰਤੀ ਨੇ ਉਸ ਨੂੰ ਜਾਤ ਅਤੇ ਧਰਮ ਤੋਂ ਬਿਨਾ ਸਰਟੀਫਿਕੇਟ ਸੌਂਪਿਆ ਹੁਣ ਉਹਨਾਂ ਨੂੰ ਸਰਕਾਰੀ ਦਸਤਾਵਾਂ ਵਿੱਚ ਜਾਤੀ ਜਾਂ ਧਰਮ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਪਵੇਗੀ ਸਿੱਖਿਆ ਮੰਤਰੀ ਨੇ ਰੱਖੀ ਮੀਟਿੰਗ ਪ੍ਰਿੰਸੀਪਲਾਂ ਲਈ ਜਾਰੀ ਕੀਤੇ ਹੁਕਮ ਉਹਨਾਂ ਨੇ ਕਿਹਾ ਜੀ 7 ਮਈ ਨੂੰ ਇੱਕ ਬੈਠ ਕਰ ਰਹੇ ਆ ਇਸ ਬੈਠਕ ਚ ਕੋਈ ਵੀ ਪ੍ਰਿੰਸੀਪਲ ਹੈਡਮਾਸਟਰ ਛੁੱਟੀ ਨਹੀਂ ਲਵੇਗਾ ਹੁਕਮ ਆ ਚੁੱਕਿਆ ਗਿਆ ਹੈ ਕਿ ਜੇਕਰ ਕਿਸੇ ਅਧਿਕਾਰੀ ਨੂੰ ਛੁੱਟੀ ਦੀ ਜ਼ਰੂਰਤ ਆ ਤਾਂ ਜ਼ਿਲ੍ਹਾ ਸਿੱਖਿਆ ਅਫਸਰ ਦੀ ਥਾਂ ਇਹ ਪ੍ਰਵਾਨਗੀ ਪ੍ਰਮੁਖ ਸਕੱਤਰ ਸਿੱਖਿਆ ਤੋਂ ਲੈਣੀ ਹੋਵੇਗੀ ਗਰਮੀ ਤੋਂ ਰਾਤ ਨਹੀਂ ਹਿਮਾਚਲ ਜੂ ਮੀ ਅਤੇ ਰਾਜਸਥਾਨ ਚ ਪਏ ਗੜੇ ਸੋ ਵੱਡੀ ਖਬਰ ਆ ਫਿਰੋਜ਼ਪੁਰ ਸਭ ਤੋਂ ਜ਼ਿਆਦਾ ਗਰਮ ਹੈ ਸੋ ਹਿਮਾਚਲ ਅਤੇ ਰਾਜਸਥਾਨ ਚ ਮੌਸਮ ਨੇ ਕਰਵਟ ਬਦਲੀਆ ਸ਼ਿਮਲਾ ਵਿੱਚ ਐਤਵਾਰ ਨੂੰ ਜਿੱਥੇ ਕਈ ਥਾਵਾਂ ਤੇ ਮੀਂਹ ਪਿਆ ਉਤੀ ਰਾਜਸਥਾਨ ਦੇ ਅਲਵਰ ਭਾਰਤਪੁਰ ਬੁੰਦੀ ਅਤੇ ਦੋਸਾ ਜ਼ਿਲ੍ਹੇ ਵਿੱਚ ਮੀਂਹ ਅਤੇ ਗੜੇਪੈਸ ਦੇ ਨਾਲ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਮਿਲੀ ਉਧਰ ਪੰਜਾਬ ਵਿੱਚ ਭਿਆਨਕ ਗਰਮੀ ਪੈ ਰਹੀ ਹੈ ਜਿੱਥੇ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਫਿਰੋਜ਼ਪੁਰ 44.2 ਡਿਗਰੀ ਨਾਲ ਸਭ ਤੋਂ ਗਰਮ ਰਿਹਾ ਹੈ ਆਖਰਕਾਰ ਡੇਢ ਮਹੀਨੇ ਬਾਅਦ ਮੁਜੀਠਾ ਤੋਂ ਵਿਧਾਇਕ ਗਨੀਬ ਕੌਰ ਮੁਜੀਠੀਆਂ ਨੇ ਚੁੱਕੀ ਸੌ ਸੋ ਡੇਢ ਮਹੀਨੇ ਬਾਅਦ ਸੋਮਵਾਰ ਨੂੰ ਵਿਧਾਇਕ ਵੱਜੋਂ ਸੌ ਚੁੱਕ ਲਈ ਆ ਪੂਰੇ ਵਿਧਾਨ ਸਭਾ ਦੇ ਸਪੀਕਰ ਕੋਲ ਤਾਰ ਸੰਧਵਾਣੇ ਗਨੀਬ ਕੌਰ ਨੂੰ ਅਹੁਦੇ ਦਾ ਪੇਤ ਗੁਪਤ ਰੱਖਣ ਦੀ ਸੌਂਚ ਕਈ ਇਸ ਮੌਕੇ ਮੁਜੀਠੀਆਂ ਦੇ ਰਿਸ਼ਤੇਦਾਰ ਅਕਾਲੀ ਦਲ ਦੇ ਵਿਧਾਇਕ ਸੁਖਵਿੰ ਕਬਰ ਸਮਾਨਾਂ ਤੋਂ ਜਿੱਤੇ ਪਤਨੀ ਤੇ ਪਿੰਡ ਦੇ ਕਿਸੇ ਵਿਅਕਤੀ ਨਾਲ ਸੀ ਸੰਬੰਧ ਤੰਗ ਆ ਕੇ ਪਤੀ ਨੇ ਕੀਤੀ ਖੁਦਖੁਸ਼ੀ ਤੂਫਾਨ ਚ ਫਸੇ ਸਪਾਈਸਜਟ ਦੀ ਫਲਾਈਟ ਲੈਂਡਿੰਗ ਤੋਂ ਠੀਕ ਪਹਿਲਾਂ ਹੋਇਆ ਹਾਦਸਾ 40 ਜੱਤਕਮੀ ਜਾਲੀ ਯਾਤਰੀ ਹੋਏ ਜ਼ਖਮੀ ਸੋ ਸਪਾਈਸਜਟ ਬੋਇੰਗ 20737 ਜਹਾਜ਼ ਲੈਂਡਿੰਗ ਦੇ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਸਪਾਈਸਜਟ ਦੀ ਐਸਡੀ 945 ਫਲਾਈਟ ਪੱਛਮੀ ਬੰਗਾਲ ਦੇ ਦੁਰਗਾਪੁਰ ਚੋਂ ਲੈਂਡਿੰਗ ਤੋਂ ਠੀਕ ਪਹਿਲਾਂ ਕਾਲ ਵਿਸਾਖੀ ਤੂਫਾਨ ਚ ਫਸ ਕੇ ਜਿਵੇਂ ਹੀ ਫਲਾਈਟ ਤੂਫਾਨ ਚ ਫਸੀ ਤਾਂ ਕੈਬਨ ਚ ਸਾਰਾ ਸਮਾਨ ਡਿੱਗਣ ਲੱਗਾ ਜਹਾਜ਼ ਉਸਵਾਰ 40 ਯਾਤਰੀ ਗੰਭੀਰ ਰੂਪ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਦੁਖਦ ਖਬਰਾਂ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਨੌਜਵਾਨ ਦੀ ਮੌਤ 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ ਸੋ ਬਟਾਰਾ ਸ਼ਹਿਰ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਨਾਲ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਲੁਧਿਆਣਾ ਵੱਜੋਂ ਹੋਈ ਹੈ ਮ੍ਰਿਤਕ ਦੇ ਜੀਜਾ ਰਜੇਸ਼ ਕੁਮਾਰ ਨੇ ਦੱਸਿਆ ਕਿ ਆਪਣੇ ਨਾਨਕਿਆਂ ਦੇ ਰਹਿੰਦਾ ਸੀ ਜਿਸ ਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਪ੍ਰਸ਼ਾਂਤ ਕਿਸ਼ੋਰ ਦਾ ਨਵਾਂ ਧਮਕਾ ਆਪਣੀ ਪਾਰਟੀ ਬਣਾ ਕੇ ਸੂਬੇ ਤੋਂ ਕਰਨਗੇ ਸ਼ੁਰੂਆਤ ਜਨਵੀ ਰਾਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਨੂੰ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਆਪਣੀ ਨਵੀਂ ਪਾਰਟੀ ਦਾ ਸੰਕੇਤ ਦਿੱਤਾ ਹੈ ਪ੍ਰਸ਼ਾਂਤ ਕਿਸ਼ੋਰ ਨੇ ਸੋਮਵਾਰ ਨੂੰ ਟਵੀਟ ਕਰਕੇ ਕਿਹਾ ਲੋਕਤੰਤਰ ਚ ਇੱਕ ਸਾਰਥਕ ਹਿੱਸੇਦਾਰ ਬਣਨ ਅਤੇ ਜਨ ਸਮਰਥਨ ਦੀ ਨੀਤੀ ਦਾ ਆਕਾਰ ਦੇਣ ਚ ਮਦਦ ਕਰਨ ਲਈ ਮੇਰੀ ਖੋਜ ਦਾ 10 ਸਾਲਾਂ ਦਾ ਸਫ਼ਰ ਕਾਫੀ ਉਤਰਾ ਤੇ ਚੜਾਅ ਵਾਲਾ ਜਦ ਮੈਂ ਆਪਣੇ ਪਲਟਦਾਂ ਦਾ ਮੈਨੂੰ ਲੱਗਦਾ ਸਮਾਂ ਆ ਗਿਆ ਕਿ ਅਸਲੀ ਮਾਲਕ ਕੋਲ ਜਾਵਾਂ ਜਾਨੀ ਲੋਕਾਂ ਦੇ ਦਰਮਿਆਨ ਤਾਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਬਿਹਤਰ ਤਰੀਕੇ ਦੇ ਨਾਲ ਸਮਝ ਸਕਾਂਗਾ ਜਾਂ ਉਸ ਰਾਜ਼ ਦੇ ਰਸਤੇ ਤੇ ਅੱਗੇ ਵਤ ਸੰਕਾਂਗਾ ਸਕੂਲ ਲੱਗਣ ਦਾ ਸਮਾਂ ਪਹਿਲਾਂ ਵਾਂਗ ਸਵੇਰੇ 8 ਵਜੇ ਕੀਤਾ ਜਾਵੇ ਅਧਿਆਪਕਾਗਵਾ ਨੇ ਵੱਡਾ ਬਿਆਨ ਦਿੱਤਾ ਜੀ ਸੋ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸੀਨੀਅਰ ਸਕੈਂਡਰੀ ਹਾਈ ਮਿਡਲ ਅਤੇ ਪ੍ਰਾਇਮਰੀ ਸਕੂਲਾਂ 'ਚੋਂ ਲੱਗਣ ਦਾ ਸਮਾਂ ਸਵੇਰੇ 7 ਵਜੇ ਕਰ ਦਿੱਤਾ ਪਹਿਲੇ ਦਿਨ ਪੰਜਾਬ ਦੇ ਅਨੇਕਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਸਕੂਲ ਸਮੇਂ ਸਿਰ ਨਾ ਪਹੁੰਚਣ ਤੇ ਸਕੂਲ ਵਿੱਚ ਹਾਜ਼ਰ ਹੋਣ ਦੀ ਬਜਾਏ ਸਕੂਲ ਨਾ ਆਉਣਾ ਹੀ ਬਿਹਤਰ ਸਮਝਿਆ ਜਿਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਬੁਰਾ ਪ੍ਰਭਾਵ ਪੈ ਰਿਹਾ ਇਸ ਕਰਕੇ ਹੁਣ ਸਕੂਲਾਂ ਨੂੰ 8 ਵਜੇ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਧੰਨਵਾਦ